गुलाब जामना रसगुल्ले इधर निकल रहा खोआ बर्फी इधर स्टार्ट हो गई जागो की तैयारी टेंट लगने शुरू हो गए वोटा गिटू चक लेक व्यू भी आ गया ਕਿਉਂਕਿ ਅਸੀਂ ਸਾਰਿਆਂ ਨੇ ਆਪਣੇ ਕਰਾਣੇ ਹੇਅਰ ਸਪਾ ਐਂਡ ਦੀਦੀ ਇਹਨਾਂ ਨੇ ਕਰਾਣੇ ਫੇਸ਼ੀਅਲਸ ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਵਧੀਆ ਸਾਰਿਆਂ ਫ੍ਰੀਜ ਨੇ ਤਾਂ ਕੰਟਰੋਲ ਹੋ ਜੂ ਹਾਂ ਉਹ ਠੀਕ ਹੈ ਮੈਨੇਜੇਬਲ ਜੇ ਹੋ ਜੂ ਉਹ ਕਰਦੇ ਕੈਰਾਟਿਨ ਸੁਜੈਸਟ ਕੀਤੀ ਹੈ ਜੀ ਔਰ ਬਟੌਕਸ ਹੈ ਕੈਰਾਟਿਨ ਜਾਂ ਬਟੌਕਸ ਹੋ ਸਕਦਾ ਇਹਨਾਂ ਦੇ ਠੀਕ ਹੈ ਠੀਕ ਓਕੇ ਆ ਵਧੀਆ ਤਾਂ ਇਹਨਾਂ ਦੇ ਕੈਮੀਕਲ ਕਰਾਂਗੇ ਫੇਰ ਬਹੁਤ ਵੀਕ ਆ ਕੋਈ ਕੋਈ ਸਮੂਥਨਿੰਗ ਜਾਂ ਸਿਲਕ ਥੈਰੇਪੀ ਕਰਨਾ ਬਾਉਂਸ ਕਰਨ ਕਿਆ ਲਗਾ ਕੇ ਬੈਠੇ ਹੋ ਕਲਰ ਤੇ ਦੂਜੇ ਚਿੱਟੇ ਵਾਲ ਦੇਖੇ ਮੈਂ ਵਿਆਹ ਦਾ ਟਾਈਮ ਹੈ ਚਿੱਟੇ ਵਾਲ ਇਹਨਾਂ ਦੇ ਸਿਰ ਚ ਨੇ ਮੈਂ ਕਲਰ ਕਰਵਾਉ ਪਹਿਲਾਂ ਤੁਸੀਂ ਬਾਕੀ ਕੰਮ ਬਾਅਦ ਚ ਕਰਾਂਗੇ ਵਿਆਹ ਦੀ ਤਿਆਰੀ ਕਰਵਾ ਰਹੇ ਨੇ ਵੀਰਾ ਸਾਡੇ ਜਰਾ ਅਮਨ ਦੀ ਹੈਡ ਵਾਸ਼ ਹੋ ਰਿਹਾ ਸਪਾ ਹੋ ਨਾ ਕੀ ਕਰਨਾ ਅੱਜ ਮੇਰੇ ਵਾਲਾਂ ਦਾ ਤੁਹਾਡੇ ਆਪਾਂ ਕਰਾਂਗੇ ਅੱਜ 16 ਕਰ ਦੀ ਇਹਨਾਂ ਦੇ ਅੱਜ ਹਾਂਜੀ ਕਰ ਦੇ ਚਲੋ ਠੀਕ ਹੈ ਵਧੀਆ ਚਮਕਾ ਦੋ ਬਸ ਵਾਲ ਮੇਰੇ ਪੂਰੇ ਚਮਕਾ ਦਾਂਗੇ ਆਪਾਂ ਇਹ ਬਾਕੀ ਉਹਨੂੰ ਪੂਰਾ ਭਰੋਸਾ ਪਹਿਲਾਂ ਇਹਨਾਂ ਦੇ ਸ਼ੈਂਪੂ ਕਰਾਂਗੇ ਫਿਰ ਉਦੋਂ ਬਾਅਦ ਇਹਨਾਂ ਦੇ ਕੈਮੀਕਲ ਲੱਗੂਗਾ ਲੱਗਿਆ ਲੱਕੀ ਐਪਲੀਕੇਸ਼ਨ ਕਰਨ ਹਾਂਜੀ ਹਾਂਜੀ ਡੈਂਟਰ ਦਾ ਟ੍ਰੀਟਮੈਂਟ ਕਰ ਰਹੇ ਨੇ ਇਹਦੇ ਸਕੈਲਪ ਤੇ ਅਪਲਾਈ ਕਰਾਂਗੇ ਪਹਿਲਾਂ ਠੀਕ ਫਿਰ ਲੈਂਥ ਤੇ ਫਿਰ ਮਸਾਜ ਕਰਾਂਗੇ ਜੋ ਡੈਂਡਰ ਫਾ ਰਿਮੂਵ ਹੋ ਜੇ ਤੇ ਸਕੈਲਪ ਨਰਿਸ਼ਮੈਂਟ ਹੋ ਜੇ ਸਕੈਲਪ ਇਹਦੋਂ ਬਾਅਦ ਇਹਨਾਂ ਦਾ ਫੇਸ਼ੀਅਲ ਵੀ ਹੈਗਾ ਹਾਂਜੀ ਕਰਦੇ ਹਾਂ ਟ੍ਰੀਟਮੈਂਟ ਉਹ ਲੋ ਮੈਂ ਲਓ ਜੀ ਹੁਣ ਇਹਨਾਂ ਦੀ ਆਪਾਂ ਕਰਾਂਗੇ ਪ੍ਰੋਟੀਨ ਥੈਰੇਪੀ ਠੀਕ ਹੈ ਭੈਣੇ ਅੱਜ ਤੁਹਾਡੀ ਪ੍ਰੋਟੀਨ ਥੈਰੇਪੀ ਕਲਰ ਵੀ ਕਰਵਾਉਣਾ ਦੁਬਾਰੇ ਬਲੈਕ ਕਰਵਾਉਣਾ ਹੈਗਾ ਮਤਲਬ ਮੇਰੇ ਨਾ ਵਿੱਚੋਂ ਦੀ ਬ੍ਰਾਊਨ ਵਾਲ ਜਿਹੜੇ ਮੈਂ ਨੈਚੁਰਲ ਆ ਉਹ ਆਉਣ ਲੱਗ ਗਏ ਅੱਛਾ ਚਲੋ ਫਿਰ ਇਹਨਾਂ ਦੇ ਪਹਿਲਾਂ ਕਲਰ ਹੋਊਗਾ ਫਿਰ ਥੈਰੇਪੀ ਹੋਊਗੀ ਇਦਾਂ ਪ੍ਰੋਸੈਸ ਹੋਊਗਾ ਹੁਣ ਇੱਧਰ ਚੱਲ ਰਿਹਾ ਹੈਗਾ ਜੋਰਾਂ ਤੇ ਆ ਭੈਣ ਤਾਂ ਸੌਂਗ ਹੀ ਲੱਗਦਾ ਮਸਾਜ ਕਰਾਉਂਦੀ ਕਰਾਉਂਦੀ ਹੈ ਭੈਣੇ ਹਾਂਜੀ ਆਰਾਮ ਮਿਲ ਰਿਹਾ ਹਾਂਜੀ ਵੀਰੇ ਬਹੁਤ ਵਧੀਆ ਲੱਗ ਰਿਹਾ ਸਾਡੀ ਕੁੜੀ ਪ੍ਰੋਫੈਸ਼ਨਲ ਹੈ ਕਲਰ ਲੱਗ ਗਿਆ ਏ ਕਲਰ ਲੱਗ ਗਿਆ ਜੀ ਉਹ ਵੀ ਆਪਾਂ ਪੂਰਾ ਜੈਕ ਬਲੈਕ ਨਹੀਂ ਹੁੰਦਾ ਜਿਵੇਂ ਪਹਿਲਾਂ ਕਰਵਾਇਆ ਸੀਗਾ ਇਹਦੇ ਵਰਗਾ ਹੋ ਜੂ ਜਮਾ ਬਣੇ ਜਿਹੜਾ ਆਹ ਆਪਣੀ ਸ਼ੀਟ ਆ ਨਾ ਇਹ ਮੁੰਡੇ ਦੇ ਹੱਥ ਦੀ ਜਮੀ ਜਿਹੜੇ ਐਕਚੁਅਲ ਚ ਵਾਲ ਦਾ ਕਲਰ ਹੈ ਜਿਹੜਾ ਉਹ ਆ ਗਿਆ ਸੀਗਾ ਬ੍ਰਾਊਨ ਤੇ ਫਿਰ ਮੈਂ ਦੁਬਾਰਾ ਕਰਵਾ ਲਿਆ ਇਹਦੇ ਨਾਲ ਬਣੇ ਜਿਹੜੀ ਆਪਾਂ ਥੋੜੇ ਥੈਰੇਪੀ ਕਰਾਂਗੇ ਨਾ ਉਹਦੇ ਚ ਰਿਜ਼ਲਟ ਦਾ ਬਹੁਤ ਜ਼ਿਆਦਾ ਫਰਕ ਪਊਗਾ ਇੱਕ ਤਾਂ ਦੀ ਹਾਂ ਇੱਕ ਤਾਂ ਦੀ ਪਾਲਿਸ਼ਿੰਗ ਵਾਂਗੂ ਹੋ ਜਾਊਗਾ ਇਹ ਸ਼ੂਟ ਦੀ ਫੋਟੋ ਲਾਈ ਹੋਈ ਆ ਵੀਰੋ ਉਹਨਾਂ ਨੇ ਕੀ ਕਹਿ ਰਹੇ ਤੁਸੀਂ ਮੈਂ ਕੁਛ ਨਹੀਂ ਵੱਡੀ ਵੱਡੀ ਫੋਟੋ ਕਢਾਉਣ ਨੂੰ ਟਾਈਮ ਹੀ ਲੱਗਦਾ ਅਗਲੀ ਵਾਰ ਦੇਖੋਗੇ ਹਾਂ ਵੱਡੀ ਹੋਣੀ ਚਾਹੀਦੀ ਆ ਉੱਥੇ ਲਾਉਣੀ ਆ ਵੱਡੀ ਕਰੀ ਹਾਂ ਅਸੀਂ ਨਹੀਂ ਇਹ ਆਪਣਾ ਸ਼ੂਟ ਸੱਚੀ ਬਹੁਤ ਪਸੰਦ ਆਇਆ ਸੀਗਾ ਸਾਰਿਆਂ ਨੂੰ ਮੇਕਅਪ ਹੇਅਰ ਸਾਰਾ ਕੁਝ ਬਹੁਤ ਅੱਛਾ ਸੀਗਾ ਹਨਾ ਤੇ ਆਪਣਾ ਸ਼ੂਟ ਬਹੁਤ ਘੈਂਟ ਹੋਇਆ ਸੀ ਇਹ ਵਾਲਾ ਤੁਸੀਂ ਅੱਜ ਵੀ ਰੀਲਾ ਯੂਜ਼ ਕਰਦੇ ਹੋ ਨਾ ਜਿਵੇਂ ਕਿ ਹਾਂ ਬਹੁਤ ਸੋਹਣਾ ਕਲੈਰਿਟੀ ਬਹੁਤ ਅੱਛੀ ਸੀ ਉਹਨਾਂ ਦੀ ਬਹੁਤ ਕੈਮਰੇ ਦਾ ਬਹੁਤ ਸੋਹਣਾ ਕੰਮ ਸੀ ਹੈਲੋ ਮੈਮ ਕਿਦਾਂ ਹੋ ਠੀਕ ਹੋ ਹਾਂਜੀ ਜੀ ਠੀਕ ਆ ਹਾਂਜੀ ਦੱਸੋ ਤੁਸੀਂ ਕੀ ਕਰਵਾਉਣਾ ਹੈ ਮੈਂ ਨਾ ਫੇਸ਼ੀਅਲ ਕਰਵਾਉਣਾ ਹੈ ਓਕੇ ਠੀਕ ਹੈ ਮੈਰੀ ਸਰਮ ਤੁਹਾਡੇ ਹਾਂਜੀ ਹਾਂਜੀ ਤੁਸੀਂ ਗਲੋਲੀ ਕਰਵਾਉਣਾ ਹੈ ਹਾਂਜੀ ਹਾਂਜੀ ਠੀਕ ਹੈ ਤੇ 3 ਤਰੀਕ ਦੀ ਤੁਹਾਡੀ ਮੈਰੀ ਸਰਮ ਹੈ ਵੀ ਹੈਨਾ ਹਾਂਜੀ ਹਾਂਜੀ ਸੀ ਪਹਿਲਾਂ ਤੁਸੀਂ ਕੁਝ ਯੂਜ਼ ਤਾਂ ਨਹੀਂ ਕੀਤਾ ਫੇਸ਼ੀਅਲ ਵਗੈਰਾ ਨਹੀਂ ਅਸੀਂ ਕਰਵਾ ਲਿਆ ਇੱਕ ਵਾਰ ਹਾਂਜੀ ਕਿੰਨਾ ਟਾਈਮ ਹੋ ਗਿਆ ਉਹਨੂੰ 2 weeks ਓਕੇ ਠੀਕ ਹੈ ਕਲੀਨ ਅਪ ਲਿਆ ਜਾ ਤੁਸੀਂ ਜੀ ਠੀਕ ਹੈ ਨਹੀਂ ਹੁਣ ਨਾਲ ਤੁਹਾਡੇ ਫੇਸ਼ੀਅਲ ਬੀਚ ਕਰਾਂਗੇ ਆਪਾਂ ਜਿੱਦਾਂ ਤੁਹਾਡੇ ਫੰਕਸ਼ਨ ਹੈ ਘਰ ਦੇ ਵਿੱਚ ਆਪਾਂ ਦੀ ਸ਼ੈਨਲ ਦੇ ਕੰਪਨੀ ਆਪਾਂ ਯੂਜ਼ ਕਰਦੇ ਹਾਂ ਅਲੱਗ ਤਰ੍ਹਾਂ ਦੇ ਨੇ ਤੁਹਾਡੇ ਰਿੰਕਲਸ ਲਈ ਕਰਵਾਉਣਾ ਹੈ ਨਾ ਹਾਂਜੀ ਮਤਲਬ ਸਕਿਨ ਟਾਈਟਨੈਸ ਸਕਿਨ ਟਾਈਟਨਿੰਗ ਪਹਿਲਾਂ ਤਾਂ ਇਹ ਕਰ ਤੇ ਆਪਣੇ ਵਿਟਾ ਲਿਫਟ ਹੁੰਦਾ ਆ ਆਪਾਂ ਇਹ ਪ੍ਰੋਡਕਟ ਯੂਜ਼ ਕਰਦੇ ਹਾਂ ਸ਼ੈਨਲ ਬ੍ਰਾਂਡ ਆ ਬਹੁਤ ਵਧੀਆ ਆ ਓਕੇ ਠੀਕ ਹੈ ਤੇ ਆਪਾਂ ਤੁਹਾਡੇ ਕਰਾਂਗੇ ਐਂਡ ਬਲੀਚ ਤੁਸੀਂ ਕਰਾ ਲਓ ਤਾਂ ਜ਼ਿਆਦਾ ਬੈਸਟ ਆ ਅੱਛਾ ਜਦੋਂ ਨਾਲ ਟੈਨ ਰਿਮੂਵ ਹੋਵੇਗੀ ਤੁਸੀਂ ਤੁਹਾਡੀ ਮੇਕਅਪ ਹੋਣਗੇ ਤਾਂ ਅੱਛਾ ਗਲੋ ਆਏਗਾ ਚਲੋ ਦੇਖ ਲਓ ਨਾ 1 ਮੰਥ ਤੱਕ ਸਟੇਬਿਲਟੀ ਆ ਜਾਏਗੀ
ਹੁਣ ਅਸੀਂ ਫੇਸ਼ੀਅਲ ਕਰ ਲਿਆ ਮੈਮ ਦੇ ਠੀਕ ਹੈ ਇਹਨਾਂ ਦੇ ਬਹੁਤ ਵਧੀਆ ਰਿਜ਼ਲਟ ਦੇਣਾ ਆ ਤਾਂ ਆਪਾਂ ਇਹਨਾਂ ਨੂੰ ਵਧੀਆ ਵਧੀਆ ਗਲੋ ਦੇਵਾਂਗੇ ਬਿਲਕੁਲ ਦੀਦੀ ਲਿਫਟ ਵਾਲਾ ਕਰਾ ਰਹੇ ਨੇ ਹਨਾ ਹਾਂਜੀ ਹਾਂਜੀ ਇਹ ਗਲੋ ਕਰਾ ਰਹੇ ਕਿਉਂਕਿ ਇਹਨਾਂ ਦੀ ਬਹੁਤ ਸੈਂਸਿਟਿਵ ਸਕਿਨ ਨਾ ਰਾਈਟ ਹਾਂਜੀ ਨਸ ਹੋ ਜਾਂਦੀ ਹੈ ਤਾਂ ਇਹਨਾਂ ਦੀ ਫੇਸ਼ੀਅਲ ਜਾਏਗਾ ਰਾਈਟ ਹਾਂਜੀ ਹੋ ਗਿਆ ਹੈਡ ਵਾਸ਼ ਤੁਹਾਡਾ ਯੈਸ ਹੈਡ ਵਾਸ਼ ਹੋ ਗਿਆ ਬਾਲ ਐਂਡ ਕਾਲੇ ਕਾਲੇ ਹੋ ਗਏ ਇਤਨਾ ਇਹਦੇ ਚ ਕੀ ਹੈ ਨਾ ਕਾਲੇ ਕਾਲੇ ਜਿੰਨੇ ਕਾਲਾ ਹੋਊਗਾ ਨਾ ਕਲਰ ਹੇਅਰ ਦਾ ਉਹਨਾਂ ਸ਼ਾਈਨਿੰਗ ਜ਼ਿਆਦਾ ਹੋਊਗੀ ਹਮੇਸ਼ਾ ਇਹ ਅਸੀਂ ਕਸਟਮਰ ਨੂੰ ਇਹੀ ਸੁਜੈਸ਼ਨ ਦਿੰਦੇ ਹੁੰਦੇ ਹਾਂ ਹੁਣ ਜਿਵੇਂ ਹਾਈਲਾਈਟ ਵਾਲਾ ਹੇਅਰ ਹੈ ਅਤੇ ਜਦੋਂ ਉਹ ਆਪਾਂ ਦੇਖਦੇ ਹਾਂ ਡੱਲ ਜ਼ਿਆਦਾ ਲੱਗਦਾ ਆਪਾਂ ਨੂੰ ਆਹ ਹੁਣ ਕਿੰਨੀ ਚਮਕ ਕਿੰਨੀ ਹੈ ਹੇਅਰ ਦਾ ਜਦੋਂ ਹੁਣ ਆਪਾਂ ਇਹਦੇ 'ਤੇ ਪ੍ਰੋਟੀਨ ਥੈਰੇਪੀ ਕਰ ਦਾਂਗੇ ਪ੍ਰੋਪਰ ਫਿਰ ਸ਼ਾਈਨਿੰਗ ਦੇਖਿਓ ਤੁਸੀਂ ਇਹਦੀ ਕਿੰਨੀ ਹੈ ਹੁਣ ਕੀ ਕਰੋਗੇ ਭੈਣੇ ਆਪਣਾ ਇਹ ਨਾ ਜਿਹੜੀ ਆਹ ਵਾਲੀ ਕੰਪਨੀ ਹੈ ਇਹ ਬੋਟੋਕਸ ਵੈਸੇ ਇਹਦਾ ਨਾਮ ਤਾਂ ਬੋਟੋਕਸ ਹੈ ਅਤੇ ਇਹਨੂੰ ਜਿਵੇਂ ਪ੍ਰੋਟੀਨ ਥੈਰੇਪੀ ਅਤੇ ਇਹਨੂੰ ਕਈ ਤਰ੍ਹਾਂ ਦੇ ਨਾਮ ਦਿੱਤੇ ਹੋਏ ਨੇਗੇ ਠੀਕ ਹੈ ਜਿਵੇਂ ਇਹਦੇ 'ਤੇ ਆਹ ਲਿਖਿਆ ਆਹ ਦੇਖੋ ਆਹ ਜਿਵੇਂ ਹਾਂ ਆਹ ਨਿਊਰਿਸ਼ ਐਂਡ ਇਹਨੂੰ ਜਿਵੇਂ ਥੈਰੇਪੀ ਕਹਿ ਦਿੰਦੇ ਹੈ ਨਾ ਵੀ ਨਰਿਸ਼ਮੈਂਟ ਥੈਰੇਪੀ ਵੀ ਹੁੰਦੀ ਹੈ ਇਹ ਅਤੇ ਅਸਲ 'ਚ ਇਹ ਹੈਗੀ ਬੋਟੋਕਸ ਹੈ ਠੀਕ ਹੈ ਆਪਾਂ ਇਹੀ ਕਰ ਰਹੇ ਹਾਂਗੇ ਤੁਹਾਡੇ ਹੁਣ ਪੂਰੇ ਪਹਿਲਾਂ ਕਿਸੇ ਚੀਜ਼ ਦਾ ਲਾਂਭਾ ਆਇਆ ਉਹ ਵੀ ਬੜਾ ਮਤਲਬ ਸਭ ਨੇ ਕਿਹਾ ਸਾਨੂੰ ਵੀ ਸਾਨੂੰ ਇੱਦਾਂ ਦੀ ਚਾਹੀਦਾ ਗਾ ਇਹ ਟ੍ਰੀਟਮੈਂਟ ਬਿਨਾਂ ਡਰਾਈ ਤੋਂ ਹੁੰਦਾ ਗਾ ਵੈੱਟ ਹੇਅਰ 'ਤੇ ਇੰਦਰ ਜੀ ਪਹੁੰਚ ਚੁੱਕੇ ਨੇ ਆਪਣੇ ਵਿਆਹ ਦੀ ਸਾਰੀ ਜ਼ਿੰਮੇਵਾਰੀ ਸੰਭਾਈ ਹੋਈ ਹੈ ਗੈਰੀ ਵੀਰੇ ਨੂੰ ਸਭ ਕੁਛ ਸਾਡਾ ਸਾਰੇ ਘਰ ਦਾ ਸਭ ਕੁਛ ਮੈਟ੍ਰਿਕਸ ਵਾਲਿਆਂ ਦੀ ਹੋਣਾ ਨਾਭੇ ਵਾਲਿਆਂ ਤੋਂ ਸਹੀ ਗੱਲ ਆ ਨਹੀਂ ਮਿਹਰਬਾਨੀ ਭਾਈਆਂ ਦਾ ਕੰਮ ਭੈਣਾਂ ਦਾ ਕੰਮ ਤਾਂ ਅਸੀਂ ਉਹ ਕਰਾਂਗੇ ਹੋਰ ਕੌਣ ਕਰੂਗਾ ਇਹ ਵੀ ਨਹੀਂ ਕਿ ਸਾਡੀ ਜਾਣ ਪਛਾਣਾ ਤਾਂ ਕਰਾ ਰਹੇ ਆ ਵਧੀਆ ਕਰਦੇ ਨੇ ਤਾਂ ਕਰਾ ਰਹੇ ਬਹੁਤ ਵਧੀਆ ਮੇਕਅਪ ਹੇਅਰ ਡੂ ਸਭ ਕੁਝ ਬਹੁਤ ਅੱਛਾ ਕਰਦੇ ਤਾਂ ਕਰਾ ਰਹੇ ਆ ਤਾਂ ਕਰਾ ਰਹੇ ਮੈਂ ਕਹਿੰਦਾ ਕਾਲਾ ਬੋਟ ਐਵੇਂ ਨਹੀਂ ਪਾਇਆ ਐਵੇਂ ਜਾਣਦੇ ਤਾਂ ਆਪਾਂ ਨੂੰ ਹੋਰ ਵੀ ਕਿੰਨੇ ਨੇ ਹਾਂ ਵਧੀਆ ਕੰਮ ਕਰਨ 'ਚ ਹੀ ਫਾਇਦਾ ਹੈਗਾ ਮਤਲਬ ਸਹੀ ਗਾਈਡ ਕਰਨਾ ਹੁਣ ਜੇ ਕਰਨ ਨੂੰ ਤਾਂ ਭੈਣ ਦੇ ਆਪਾਂ ਸਮੂਥਨਿੰਗ ਵੀ ਕਰ ਦਿੰਦੇ ਕੋਈ ਹੋਰ ਟ੍ਰੀਟਮੈਂਟ ਵੀ ਕਰ ਦਿੰਦੇ ਆਪਾਂ ਜਿਹੜੀ ਚੀਜ਼ ਉਹਨੇ ਸਹੀ ਹੇਅਰ ਤੇ ਜਾਣੀ ਸੀ ਆਪਾਂ ਨੇ ਉਹ ਕਰਤੀ ਐਵੇਂ ਨਹੀਂ ਵੀ ਕੁਝ ਵੀ ਕਰਦਾ ਹਾਂ ਵੀ ਐਵੇਂ ਬਿਨਾ ਕਹਣਾ ਬਿਨਾ ਦੱਸੇ ਨਹੀਂ ਕਰਦਾ ਹੇਅਰ ਨੂੰ ਜੋ ਸੂਟ ਹੁੰਦਾ ਉਹ ਕਰਦਾ ਉਹ ਕਰਦੇ ਨੇ ਇਹ ਧੱਕੇ ਨਾਲ ਚੇਪਦੇ ਨਹੀਂ ਨਹੀਂ ਆਉਂਦੇ ਨੇ ਕਈ ਆਪਾਂ ਮੋੜ ਵੀ ਦਿੰਦੇ ਆ ਉਹਨਾਂ ਨੂੰ ਵੀ ਹੁਣ ਕਈ ਮੱਚ ਬਰਨ ਹੋਣ ਦੇ ਜ਼ਿਆਦਾ ਚਾਂਸਸ ਹੁੰਦੇ ਆ ਕੋਈ ਮਹਿੰਦੀ ਲਾਉਂਦਾ ਗਾ ਕੋਈ ਗਾਨੀਅਰ ਲਾਉਂਦਾ ਗਾ ਆਪਾਂ ਉਹਨਾਂ ਨੂੰ ਮਨੀ ਕਰ ਦਿੰਦੇ ਵੀ ਨਾ ਹੀ ਕਰਵਾਓ ਵੀ ਕੋਈ ਇਹ ਲਾਲਚ ਕੋਈ ਨਹੀਂ ਹੈਗਾ ਆਪਾਂ ਨੂੰ ਹਨਾ ਭਾਬੀ ਮਾਰਦੇ ਨੇ ਲਿਸਕਾ ਦੀਦੀ ਤੁਸੀਂ ਤਾਂ ਗਲੋ ਕਰ ਰਹੇ ਹੋ ਬਈ ਨਹੀਂ ਮੂੰਹ ਤਾਂ ਸੱਚੀ ਸਾਫ਼ ਹੋ ਗਿਆ ਪਹਿਲਾਂ ਨਾ ਮਤਲਬ ਬਹੁਤ ਯਾਰ ਮੈਂ ਵੀ ਕਰਾ ਰਹੀ ਹਾਂ ਮੇਰਾ ਵੀ ਕਰਾ ਦੋ ਗੈਰੀ ਕਿਉਂ ਰੀਸ ਲਾਈ ਇਹਨਾਂ ਨਾਲ ਨਹੀਂ ਰੀਸ ਤਾਂ ਕੀ ਲਾਉਣਾ ਹਾਈਡਰਾ ਫੇਸ਼ੀਅਲ ਕਹਿੰਦੀ ਆ ਭੈਣ ਕਰਾਉਣ ਨੂੰ ਤਾਂ ਚਮਕ ਗਏ ਪੈਂਦੀ ਨਾ ਲਿਸ਼ਕੋਰ ਜੋ ਲੈ ਰਹੀ ਆ ਵੀ ਪੂਰੀ ਮੈਂ ਤਾਂ ਸਹੀ ਮੈਂ ਪਹਿਲਾਂ ਫੇਸ਼ੀਅਲ ਤੋਂ ਡਰਦੀ ਆ ਮੈਂ ਕਰਵਾਉਂਦੀ ਨਹੀਂ ਦਿੰਦੀ ਨਹੀਂ ਜਿਵੇਂ ਇਹਨਾਂ ਦੀ ਸੈਂਸਿਟਿਵ ਸਕਿਨ ਸੀ ਪੈਂਦੀ ਹਾਂ ਇਹਨਾਂ ਦੀ ਸੈਂਸਿਟਿਵ ਤਾਂ ਹੀ ਉਹਦੇ ਵਾਸਤੇ ਸਪੈਸ਼ਲ ਪ੍ਰੋਡਕਟ ਆਉਂਦਾ ਆਪਣੇ ਕੋਲੇ ਉਹ ਸੈਂਸੀ ਗਲੋ ਜਿਹੜਾ ਅੰਦਰ ਪਿਆ ਹੈਗਾ ਆਪਣੇ ਤਾਂ ਹੀ ਮੈਂ ਇਹਨਾਂ ਦਾ ਦੇਖ ਕੇ ਕਹਿ ਲਈ ਵੀ ਇਹਨਾਂ ਦੀ ਵੀ ਸੈਂਸਿਟਿਵ ਆ ਮੇਰੀ ਵੀ ਮੈਂ ਡਰਦੀ ਆ ਮੈਂ ਕਿਹਾ ਪਹਿਲਾਂ ਇਹਨਾਂ ਦਾ ਦੇਖਾਂ ਨਾ ਦੇਖ ਲਓ ਬਿਲਕੁਲ ਕੋਈ ਦਾਣਾ ਨਹੀਂ ਕੁਛ ਵੀ ਨਹੀਂ ਹੋਣਾ ਹੈਗਾ ਨਾਲੇ ਆਪਣੇ ਜਿਵੇਂ ਕੱਲ੍ਹ ਹੀ ਆਪਣੇ ਪਰਸੋਂ ਨੂੰ ਫੰਕਸ਼ਨ ਆ ਹਨਾ ਕੱਲ੍ਹ ਤੋਂ ਹੀ ਲਾ ਕੱਲ੍ਹ ਤੋਂ ਹੀ ਫੰਕਸ਼ਨ ਨੇ ਆਪਣੇ ਵੀ ਉਹਦੇ ਕਰਕੇ ਵੀ ਇੱਦਾਂ ਦਾਣੇ ਨਹੀਂ ਹੋਣਗੇ ਫੇਸ 'ਤੇ ਬਿਲਕੁਲ ਆ ਗਿਆ ਮੁੰਡਾ ਵਿਆਹ ਵਾਲਾ ਕਿਵੇਂ ਆ ਤੇਰੀਆਂ ਤਾਰੀਫਾਂ ਕਰਕੇ ਹਟਿਆ ਗਿਆ ਰਹੀ ਹੁਣੇ ਮੈਂ ਡਿਊਟੀ ਤੇ ਲੱਗ ਗਿਆ ਨਾ ਹੁਣ ਇੱਕ ਫੇਸ਼ੀਅਲ ਵਾਲੇ ਹੋਰ ਆ ਗਏ ਤੁਸੀਂ ਵੀ ਕਰਾਣਾ ਬਾਬੀ ਫੇਸ਼ੀਅਲ ਲਿਸ਼ਕਾ ਮਾਰ ਮਾਰ ਨਿਕਲਦੇ ਨੇ ਅੰਦਰੋਂ ਹਜੇ ਤਾਂ ਨਿਕਲ ਲੈਣਾ ਕਿੰਨੇ ਦਿਨਾਂ ਬਾਅਦ ਆਊਗੀ ਚਮਕ ਪੀਲਾ ਦੱਸੋ 24 ਘੰਟਿਆਂ ਬਾਅਦ ਹੀ ਆ ਜਾਂਦੀ ਹੈ ਇਹਦੀ ਜਿਵੇਂ ਪਰਸੋਂ ਨੂੰ ਆਪਣੀ ਇਹਨਾਂ ਦੇ ਲਿਫਟਿੰਗ ਵਾਲਾ ਕੀਤਾ ਜਿਵੇਂ ਹਲਕੇ ਹਲਕੇ ਰਿੰਕਲ ਨੇ ਨਾ ਲਿਫਟ ਹੋ ਜਾਣਗੇ ਉਹ ਤੇ ਉਹਨਾਂ ਦੇ ਗਲੋ ਆ ਉਹਨਾਂ ਦੇ ਗਲੋ ਵਾਲਾ ਦਾ ਲਓ ਜੀ ਸਾਡੇ ਤਿੰਨੇ ਬੰਦੇ ਬੈਠੇ ਨੇ ਲੈਣ 'ਚ ਡੈਂਟਿੰਗ ਫੈਂਟਿੰਗ ਚੱਲ ਰਹੀ ਆ ਵਿਆਹ ਵਾਸਤੇ ਹੁਣ ਹੋ ਗਏ ਜਣਾ ਚਾਈਨੀ ਸਿੱਧੇ ਸਿੱਧੇ ਵਾਲ ਕਲਰਿੰਗ ਵੀ ਕਰਾ ਲਈ ਦੇਖ ਥਰੈਡਿੰਗ ਵੀ ਦੇਖ ਫੇਸ਼ੀਅਲ ਵੀ ਵਧੀਆ ਲੱਗੀ ਨਾ ਸਰਵਿਸ ਸਾਰਾ ਸਟਾਫ ਬਹੁਤ ਵਧੀਆ
दीदी ना फेशियल देख के मैं तसल्ली जी हुई क्योंकि मैं डर लगता है ना फेशियल करवाए थे बहुत साल पहला ही करवाया सी तो मैं डर गई सी है ना रिएक्शन हो गया सी फेस से सो हुण मैं करवाऊंगी ग्लोविटा फेशियल करांगी शायद कंपनी दा जो थोड़ी मैरिज है तो वधिया रहेगा ठीक है तुसी मेरी चमड़ी देख सकते हो मेनू फेशियल तो बाद इतना ज्यादा रिलैक्सिंग लग रहा बहुत ज्यादा वधिया पहला मैं डर रही सी मैं तुहानू दस्या सी ना मैं जदों मैं अमन दीदी उन्हां दा भी फेशियल देखिया फिर मेरे च ना करेज आया कि नहीं मैं भी करवानी आ फिर मैं करवाया बहुत ज्यादा प्यारे ने इन्होंने इन्नी रीझ नाल कीता ना कि मजा ही आ गया ਗਿੰਨੂ ਦੀ ਜਵੈਲਰੀ ਸਿਲੈਕਟ ਕਰਨ ਜਾਗੋ ਲਈ ਹੈਲੋ ਸਤਿ ਸ਼੍ਰੀ ਅਕਾਲ ਤੇਰੇ ਅੰਦਰ ਆਉਣ ਜਵੈਲਰੀ ਸ਼ੌਕ ਨਾ ਪਾਲੋ ਨਹੀਂ ਉਹਦੇ ਨੂੰ ਪ੍ਰੋਗਰਾਮ ਵਾਲੇ ਸੰਪਰਕ ਕਰੋ 98 250 ਨਾ ਪਰ ਇਥੋਂ ਇਹ ਚਮਚਾ ਉਹ ਚਮਚੇ ਨਾਲ ਆ ਨਹੀਂ ਖੜਕਦੀ ਆਰਾਮ ਨਾਲ ਇੰਜੋਏ ਕਰੋ ਇਹਨਾਂ ਨੂੰ ਜਿੰਨਾ ਤੰਗ ਕਰਨਾ ਕਰੋ ਅਸੀਂ ਚੱਲੇ ਹੁਣੇ ਮਿਲ ਜੇਗਾ ਕਿ ਕੱਲ ਨੂੰ ਕੱਲ ਨੂੰ ਮਿਲੇਗਾ ਕੱਲ ਨੂੰ ਕਿੰਦਾ ਕਰ ਲਿਆ ਕਬਜ਼ਾ ਫੜ ਲੈ ਬੰਦੇ ਮੈਲਬਰਨ ਨਾਲੇ ਪਹੁੰਚ ਕੇ ਜਵੈਲਰੀ ਲੈਣ ਪੌਪਕਾਰਨ ਇੱਕ ਚੀਜ਼ ਕਹਿ ਕੇ ਆਈ ਸੀ ਕਹਿੰਦੀ ਮੈਂ ਇੱਕ ਚੀਜ਼ ਲੈਣੀ ਆ ਬਸ
ਇੱਕ ਚੀਜ਼ ਲੈ ਕੇ ਆਉਣੀ ਬਸ ਪੰਜ ਡੱਬੇ ਹੋ ਗਏ ਪੰਜ ਛੇ ਡੱਬੇ ਹੋ ਗਏ ਉੱਥੇ ਚੱਲ ਰਹੀ ਹੈ ਸ਼ੋਪਿੰਗ ਇੱਕ ਦੋ ਤਿੰਨ ਚਾਰ ਪੰਜ ਛੇ ਹੋ ਗਏ ਛੇ ਤਾਂ ਹੋ ਗਏ ਮੇਰੀ ਗੱਲ ਸੁਣੋ ਫਿਰ ਪੈਲਸ ਚ ਕਰ ਲਾਂਗੇ ਹੋਰ ਕੀ ਆਂਟੀ ਚਾਚੇ ਦੀ ਭੂਆ ਕੀ ਲਈ ਗੱਲ ਨੂੰ